ਅਸਲਾਮ ਵਾਲੇਕੁਮ ਜਨਾਬ, ਕੀ ਹਾਲ ਹੈ? ਅੱਜ ਅਸੀਂ ਤੁਹਾਨੂੰ ਪਹਿਚਾਣ ਕਰਾਉਣ ਲੱਗਿਆ ਬਾਈ, ਕਾਲੇ ਖੇਤਰ ਦੀ ਬੱਚੇ ਦੀ ਪਹਿਚਾਣ ਕਿਵੇਂ ਹੁੰਦੀ ਕਿ ਬਾਈ ਦੱਸਿਆ ਬਾਈ ਉਸਤਾਹ ਜੀ ਨਾ ਐਪਲਾ ਖੋਲੋ ਨਾ ਭੈੜੀ ਗੱਲ ਤੇ ਕਾਲਾ ਹੈ ਨਹੀਂ ਜੀ ਤੁਸੀਂ ਵਿਖਾਓ ਨਾ ਚੈੱਕ ਕਰਾਓ ਜਨਾਬ, ਅਸਾਂ ਵੀ ਇਹ ਨੱਪਿਆ ਤੇ ਬਿਨਾਂ ਮੁਕਮੈਂਟ ਦੱਸਣਾ ਨੇ ਵੀ ਕਾਲੇ ਚਿੱਤਰ ਹੈ ਜਾਂ ਦੇਸੀ ਚਿੱਤਰ ਹੈ, ਬੱਗਾ ਕਿਹੜਾ ਹੈ? ਹਾਂ ਜ਼ਰੂਰ ਦੱਸੋ ਬਈ ਕਾਲੇ ਚਿੱਤਰ ਦੀ ਪਹਿਚਾਣ ਕੀ ਹੈ ਬਾਈ, ਬੱਗੇ ਦੀ ਕੀ ਪਹਿਚਾਣ ਹੈ? ਹੈ ਤੇ ਇਹ ਹੁਣ ਜੀ ਦੀ ਨੋਕ ਹੈ ਜੀ, ਅੱਖੇ ਹਾਂ ਆ ਜਿਹੜੀਆਂ ਲੱਤਾਂ ਹਨ ਨਾਲ ਗਿੱਟੇ ਵੀ ਹੈ ਵੇ ਦੇਖੋ, ਇਹ ਹੁਣ ਤਾਂ ਮਾਲੂਮ ਤਾਂ ਨਾ ਰੋਂਦਾ ਪਿਆ ਲੇਕਿਨ ਇਹ ਤਾਂ ਪਤਾ ਲੱਗ ਗਿਆ, ਇਹ ਹੁਣ ਨਹੀਂ ਪਤਾ ਵੀ ਕਾਲਾ ਕਿ ਚਿੱਟਾ ਕੀ ਚਿੱਟਾ ਦੇਸੀ ਕਿ ਬੱਗਾ ਹੈ। ਹਾਂ ਇਹ ਚੈੱਕ ਕਰਾ ਜੀ, ਇਹ ਸਾਨੂੰ ਦੱਸਣਾ ਤੁਸੀਂ ਇਹ ਵੇਲੇ ਪਏ ਹੋਏ, ਇਹ ਚੈੱਕ ਕਰੋ ਜੀ, ਇਹ ਹੁਣ ਅਸਾਂ ਨੱਪਿਆ ਜੀ, ਹੁਣ ਹੀ ਨੱਪਿਆ ਤੇ ਹੁਣ ਮੈਂ ਬਾਈ ਤਾਂ ਇਹ ਸਾਨੂੰ ਦੱਸਿਆ ਜ਼ਰੂਰ ਜ਼ਰੂਰ, ਇੱਕ ਮਿੰਟ ਜੀ ਖੁੱਲਾ ਕਰੋ ਨਾ ਉਸਤਾਹ ਜੀ, ਕਿ ਦੂਆ ਪੱਲਾ ਵਿਖਾਓ ਨਾ, ਇੱਕ ਸਾਈਡ ਤੋਂ ਵਿਖਾਏ ਨੇ ਉਸਤਾਹ ਜੀ, ਮਾਲ ਹੋਇਆ ਸੀ ਨਹੀਂ ਮਾਲ ਡੋਰ ਲਿਆ ਜੀ ਸਾਹਮਣੇ ਕਰੋ ਉਸਤਾਹ ਜੀ, ਇਹ ਵੇਲੇ ਪਏ ਉਸਤਾਹ ਜੀ, ਡਰਦਾ ਤੇ ਮਾਲ ਹੋਇਆ ਸੀ, ਹੁਣ ਨੱਪਿਆ ਜਾ। ਅੱਛਾ ਜੀ, ਇਹ ਦੂਆ ਪੱਲਾ ਸੀ ਕਿਸੇ ਦਾ ਛੁੱਟਾ ਹੋਇਆ ਕਿਉਂਕਿ ਨਾਸਾਂ ਜ਼ਖਮੀ ਹੈ। ਸਹੀ ਹੋਗਾ।